ਅੱਜ ਮੇਰੇ ਪਰਿਵਾਰ ਲਈ ਡਾਕਟਰ ਗੁਰਸਿੰਘ ਕੌਰ ਬਹੁਤ ਵੱਡਾ ਦਿਨ ਹੈ। ਜਦੋਂ ਇੱਕ ਤੰਦਰੁਸਤ ਬੱਚਾ ਸਾਡੇ ਘਰ ਪਹਿਲੀ ਵਾਰ ਆ ਰਿਹਾ ਔਰ ਸਾਡੀਆਂ ਮਾਮੀਆਂ ਚਾਚੀਆਂ ਤਾਈਆਂ ਦਾਦੀਆਂ ਨਾਨੀਆਂ ਆਈਆਂ ਹੋਈਆਂ ਨੇ, ਘਰ ਆਈਆਂ ਹੋਈਆਂ ਨੇ, ਜੋ ਇੱਕ ਬੱਚੇ ਦੇ ਆਉਣ ਦੀ ਖੁਸ਼ੀ ਮਨਾਈ ਜਾਂਦੀ ਹੈ ਜਿਵੇਂ ਮਾਲਵੇ ਦੇ ਪਿੰਡਾਂ 'ਚ, ਕਿਉਂਕਿ ਅਸੀਂ ਛੋਟੇ ਛੋਟੇ ਪਿੰਡਾਂ 'ਚ ਉੱਠ ਕੇ ਆਏ ਹੋਏ ਲੋਕ ਹਾਂ। ਸੋ ਜੋ ਖੁਸ਼ੀ ਮਨਾਈ ਜਾਂਦੀ ਹੈ ਚਾਚੀਆਂ ਦਾਦੀਆਂ ਨਾਨੀਆਂ ਤਾਈਆਂ ਮਨਾਈ ਜਾਊਗੀ ਅਤੇ ਪਰਮਾਤਮਾ ਦਾ ਬਹੁਤ ਸ਼ੁਕਰਾਨਾ ਕਰਦਾ ਕਿ ਵਾਹਿਗੁਰੂ ਨੇ ਦਾਤ ਬਖਸ਼ੀ ਹੈ ਇੱਕ ਤੰਦਰੁਸਤ ਬੱਚਾ ਔਰ ਸਿਹਤ ਵੀ ਬਿਲਕੁਲ ਠੀਕ ਹੈ, ਨੋਰਮਲ ਬੇਬੀ ਹੈ। ਅਤੇ ਉਹ ਕਹਿੰਦੇ ਆ ਕਿ ਬੱਚਾ ਆਪਣੇ ਭਾ ਆਪ ਲੈ ਕੇ ਆਉਂਦਾ। ਸੋ ਇਹਦੇ ਭਾਗ ਇਹ ਆਪ ਬਣਾਓਗੇ। ਮੈਂ ਤੁਹਾਡੇ ਕਰੋੜਾਂ ਲੋਕਾਂ ਨੂੰ ਤੁਹਾਡੇ ਜ਼ਰੀਏ ਦੱਸਣਾ ਚਾਹੁੰਦਾ, ਬੇਟਾ ਹੋਵੇ ਬੇਟੀ ਹੋਵੇ, ਪਹਿਲੀ ਗੱਲ ਤਾਂ ਇਹ ਦੁਆ ਕਰਿਆ ਕਰੋ, ਅਰਦਾਸ ਕਰਿਆ ਕਰੋ ਤੰਦਰੁਸਤ ਹੋਵੇ। ਦੂਜਾ ਫਿਰ ਉਹਨੂੰ ਪੜ੍ਹਾਓ, ਉਹਨੂੰ ਮੌਕਾ ਦਿਓ ਉੱਡਣ ਦਾ, ਅਤੇ ਫਿਰ ਸਾਡੀਆਂ ਧੀਆਂ ਕਿਸੇ ਗੱਲੋਂ ਵੀ ਘੱਟ ਨਹੀਂ ਹੈਗੀ। ਮੈਂ ਬਹੁਤ ਖੁਸ਼ ਹਾਂ ਕਿ ਮੈਂ ਧੀ ਦਾ ਬਾਪ ਬਣਿਆ ਅਤੇ ਮੈਨੂੰ ਦੇਖੋ ਜਦੋਂ ਵੀ ਇਹ ਜਾਂਦੇ ਸੀ 9 ਮਹੀਨੇ ਹਰ 10 ਦਿਨ ਬਾਅਦ, ਕਦੇ 5 ਦਿਨ ਬਾਅਦ, ਕਦੇ 2 ਦਿਨ ਬਾਅਦ ਡਾਕਟਰ ਬੁਲਾਉਂਦੇ ਸੀ, ਮੈਂ ਨਹੀਂ ਜਾਂਦਾ ਸੀ ਨਾਲ, ਤਾਂ ਕਿ ਕਿਉਂਕਿ ਜੇ ਮੈਂ ਜਾਂਦਾ ਤਾਂ ਫਿਰ ਪ੍ਰੋਟੋਕੋਲ ਮੁਤਾਬਕ ਸਿਕਿਉਰਿਟੀ ਹੈ, ਸਿਕਿਉਰਿਟੀ ਮੁਤਾਬਕ ਨਾ ਸਾਰਾ ਹਸਪਤਾਲ ਸਟੱਕ ਹੋ ਜਾਂਦਾ। ਅੱਜ ਕੱਲ੍ਹ ਮੈਨੂੰ 40 ਹੋਸਪਿਟਲ ਵਾਲਿਆਂ ਨੇ ਵੀ ਕਹੀ ਹੈ ਕਿ ਸਾਡੀਆਂ ਮਾਮੀਆਂ ਚਾਚੀਆਂ ਤਾਈਆਂ ਦਾਦੀਆਂ ਨਾਨੀਆਂ ਆਈਆਂ ਹੋਈਆਂ ਨੇ, ਘਰ ਆਈਆਂ ਹੋਈਆਂ ਨੇ, ਜੋ ਇੱਕ ਬੱਚੇ ਦੇ ਆਉਣ ਦੀ ਖੁਸ਼ੀ ਮਨਾਈ ਜਾਂਦੀ ਹੈ ਜਿਵੇਂ ਮਾਲਵੇ ਦੇ ਪਿੰਡਾਂ 'ਚ, ਕਿਉਂਕਿ ਅਸੀਂ ਛੋਟੇ ਛੋਟੇ ਪਿੰਡਾਂ 'ਚ ਉੱਠ ਕੇ ਆਏ ਹੋਏ ਲੋਕ ਹਾਂ। ਸੋ ਜੋ ਖੁਸ਼ੀ ਮਨਾਈ ਜਾਂਦੀ ਹੈ ਚਾਚੀਆਂ ਦਾਦੀਆਂ ਨਾਨੀਆਂ ਤਾਈਆਂ ਵੱਲੋਂ, ਉਹ ਮਨਾਈ ਜਾਊਗੀ ਅਤੇ ਪਰਮਾਤਮਾ ਦਾ ਬਹੁਤ ਸ਼ੁਕਰਾਨਾ ਕਰਦਾ ਕਿ ਵਾਹਿਗੁਰੂ ਨੇ ਦਾਤ ਬਖਸ਼ੀ ਹੈ ਇੱਕ ਤੰਦਰੁਸਤ ਬੱਚਾ ਔਰ ਡਾਕਟਰ ਗੁਰਪ੍ਰੀਤ ਦੀ ਸਿਹਤ ਵੀ ਬਿਲਕੁਲ ਠੀਕ ਹੈ, ਨੋਰਮਲ ਬੇਬੀ ਹੈ। ਅਤੇ ਉਹ ਕਹਿੰਦੇ ਆ ਕਿ ਬੱਚਾ ਆਪਣੇ ਭਾ ਆਪ ਲੈ ਕੇ ਆਉਂਦਾ। ਸੋ ਇਹਦੇ ਭਾਗ ਇਹ ਆਪ ਬਣਾਓਗੇ। ਮੈਂ ਤੁਹਾਡੇ ਕਰੋੜਾਂ ਲੋਕਾਂ ਨੂੰ ਤੁਹਾਡੇ ਜ਼ਰੀਏ ਦੱਸਣਾ ਚਾਹੁੰਦਾ, ਬੇਟਾ ਹੋਵੇ ਬੇਟੀ ਹੋਵੇ, ਪਹਿਲੀ ਗੱਲ ਤਾਂ ਇਹ ਦੁਆ ਕਰਿਆ ਕਰੋ, ਅਰਦਾਸ ਕਰਿਆ ਕਰੋ ਤੰਦਰੁਸਤ ਹੋਵੇ। ਦੂਜਾ ਫਿਰ ਉਹਨੂੰ ਪੜ੍ਹਾਓ, ਉਹਨੂੰ ਮੌਕਾ ਦਿਓ ਉੱਡਣ ਦਾ, ਅਤੇ ਫਿਰ ਸਾਡੀਆਂ ਧੀਆਂ ਕਿਸੇ ਗੱਲੋਂ ਵੀ ਘੱਟ ਨਹੀਂ ਹੈਗੀਆਂ। ਅਤੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਧੀ ਦਾ ਬਾਪ ਬਣਿਆ ਅਤੇ ਮੈਨੂੰ
ਮੇਰੇ ਕੋਲ ਅੱਜ ਲਫ਼ਜ਼ ਨਹੀਂ ਹੈਗੇ। ਮੈਂ ਕਿਹਾ ਮਾਂ ਸਾਹਿਬ ਕਹਿੰਦੇ ਹਸਪਤਾਲ 'ਚ ਮਿਲਣ ਬਹੁਤ ਦੇਰੀ ਨਾਲ ਗਏ ਤਾਂ ਕਰਕੇ ਕਿਸੇ ਨੂੰ ਪਰੇਸ਼ਾਨੀ ਨਾ ਆਵੇ, ਇਹ ਤਾਂ ਇਹ ਦੱਸ ਸਕਦੇ ਨੇ ਤੁਸੀਂ ਕਿਉਂ ਦੇਰੀ ਨਾਲ ਗਏ? ਤੁਸੀਂ ਦੱਸੋ ਜੀ ਪਹਿਲਾਂ। ਦੇਖੋ ਜਦੋਂ ਵੀ ਇਹ ਜਾਂਦੇ ਸੀ 9 ਮਹੀਨੇ ਹਰ 10 ਦਿਨ ਬਾਅਦ, ਕਦੇ 5 ਦਿਨ ਬਾਅਦ, ਕਦੇ 2 ਦਿਨ ਬਾਅਦ ਡਾਕਟਰ ਬੁਲਾਉਂਦੇ ਸੀ, ਮੈਂ ਨਹੀਂ ਜਾਂਦਾ ਸੀ ਨਾਲ, ਤਾਂ ਕਿ ਕਿਉਂਕਿ ਜੇ ਮੈਂ ਜਾਂਦਾ ਤਾਂ ਫਿਰ ਪ੍ਰੋਟੋਕੋਲ ਮੁਤਾਬਕ ਸਿਕਿਉਰਿਟੀ ਹੈ, ਸਿਕਿਉਰਿਟੀ ਮੁਤਾਬਕ ਨਾ ਸਾਰਾ ਹਸਪਤਾਲ ਸਟੱਕ ਹੋ ਜਾਂਦਾ। ਅੱਜ ਕੱਲ੍ਹ ਮੈਨੂੰ 40 ਹੋਸਪਿਟਲ ਵਾਲਿਆਂ ਨੇ ਵੀ ਕਹੀ ਹੈ ਕਿ ਜੇ ਸਟੱਕ ਹੋ ਜਾਂਦਾ ਤਾਂ ਇਹਦਾ ਮਤਲਬ ਬਹੁਤ ਸਾਰੇ ਮਰੀਜ਼ ਜਿੰਨਾ ਚਿਰ ਮੈਂ ਰਹੂੰਗਾ, ਘੱਟੋ ਘੱਟ ਘੰਟਾ ਪਹਿਲਾਂ ਲਾ ਦਿੰਦੇ ਸਿਕਿਉਰਿਟੀ ਘੰਟਾ, ਤਾਂ 2 ਘੰਟੇ ਮਰੀਜ਼ ਆਪਣੇ ਇਲਾਜ ਵਾਸਤੇ ਵੇਟ ਕਰਦੇ, ਮੈਂ ਚੰਗਾ ਨਹੀਂ ਸਮਝਦਾ। ਸੋ ਮੈਂ ਕਦੇ ਵੀ ਨਹੀਂ ਗਿਆ ਅਤੇ ਅਤੇ ਮੈਂ ਰਾਤ ਗਿਆ, ਉਹ ਵੀ ਰਾਤ ਨੂੰ 8 ਵਜੇ ਤੋਂ ਬਾਅਦ ਜਦੋਂ ਐਡਮਿਸ਼ਨ ਹੋਈ ਹੈ, ਅਤੇ ਹੁਣ ਮੈਂ ਸਵੇਰੇ ਗਿਆ ਜਦੋਂ ਬੱਚੇ ਨੂੰ ਲੈ ਕੇ ਆਉਣਾ ਸੀ। ਅਤੇ ਨਾਮ ਬਾਰੇ ਸੋਚਿਆ, ਨਾਮ ਕੀ ਰੱਖੋਗੇ ਇਸ ਧੀ ਦਾ, ਕਿਉਂਕਿ ਘਰ ਦੇ ਵਿੱਚ ਕਹਿ ਰਹੇ ਕਿ ਪੂਰੀ ਖੁਸ਼ੀਆਂ ਦੇ ਨਾਲ ਇਹ ਧੀ ਨੂੰ ਸਵਾਗਤ ਕੀਤਾ ਜਾ ਰਿਹਾ? ਜੀ ਬਿਲਕੁਲ, ਅਤੇ ਅਸੀਂ 4 ਕੁ ਦਿਨ ਪਹਿਲਾਂ ਇੱਕ ਮੈਂ ਅਤੇ ਡਾਕਟਰ ਗੁਰਪ੍ਰੀਤ ਨੇ ਇੱਕ ਗਾਣਾ ਸੁਣਿਆ ਸੀ, ਉਹਦੇ ਵਿੱਚ ਇੱਕ ਲਫ਼ਜ਼ ਆਇਆ ਸੀ, ਉਹ ਲਫ਼ਜ਼ 'ਚੋਂ ਸਾਨੂੰ ਇਹ ਵੀ ਹੋ ਗਿਆ ਕਿ ਜੇ ਬੇਟੀ ਹੁੰਦੀ ਹੈ ਤਾਂ ਉਹਦਾ ਨਾਮ ਆ ਰੱਖ ਸਕਦੇ ਹਾਂ। ਸੋ ਇਹਦਾ ਨਾਮ ਅੱਜ ਰੱਖਿਆ ਆਉਂਦੇ ਹੋਏ, ਕਿਉਂਕਿ ਦੇਖੋ ਮੈਂ ਨਾਮ ਰੱਖਣਾ ਕੌਲਾਂ ਵੀ ਜਿਹਨੇ 9 ਮਹੀਨੇ ਆਪਣੀ ਕੁੱਖ 'ਚ ਰੱਖਿਆ, ਉਹਨੂੰ ਪਾਲਿਆ ਅਤੇ ਦੁੱਖ ਮਤਲਬ ਮੁਸ਼ਕਲਾਂ ਝੱਲ ਕੇ ਬੱਚੇ ਨੂੰ ਜਨਮ ਦਿੱਤਾ, ਤਾਂ ਮੈਂ ਕਿਹਾ ਵੀ ਮੈਂ ਡਾਕਟਰ ਗੁਰਪ੍ਰੀਤ ਨਾਲ ਸਲਾਹ ਕਰੂੰਗਾ। ਸੋ ਆਉਂਦੇ ਹੋਏ ਅਸੀਂ ਸਲਾਹ ਕਰਕੇ ਬੇਟੀ ਦਾ ਨਾਮ ਰੱਖਿਆ ਨਿਆਮਤ ਕੌਰ ਮਾਨ। ਨਿਆਮਤ ਕੌਰ ਇੱਕ ਗਾਣੇ 'ਚ ਲਾਈਨ ਆਈ ਸੀ, ਨਿਆਮਤ ਰੱਬ ਦੀ ਦਾਤ, ਖੁਦਾ ਦੀ ਬਖਸ਼ਿਸ਼। ਨਿਆਮਤ ਦਾ ਮਤਲਬ ਹੈ ਮਤਲਬ ਤੁਹਾਨੂੰ ਕੋਈ ਕੋਈ ਦਾਤ ਦੇਵੇ, ਕੋਈ ਕੋਈ ਬਖਸ਼ਿਸ਼ ਹੋ ਜੇ ਤੁਹਾਡੇ 'ਤੇ ਪਰਮਾਤਮਾ ਦੀ। ਸੋ ਇਹ ਬਖਸ਼ਿਸ਼ ਹੈ। ਸੋ ਨਿਆਮਤ ਅੱਜ ਸੀਐਮ ਹਾਊਸ ਦੇ ਵਿੱਚ ਐਂਟਰ ਕਰ ਰਹੀ ਹੈ, ਘਰ ਪੂਰਾ ਸਜਾਇਆ ਹੋਇਆ, ਮਾਮੀਆਂ ਚਾਚੀਆਂ ਦਾਈਆਂ ਤਾਈਆਂ ਚਾਚੀਆਂ ਸਾਰੀਆਂ ਅੰਦਰ ਬੈਠੀਆਂ ਨੇ। ਅਤੇ ਮੈਂ ਲੋਕਾਂ ਨੂੰ ਵੀ, ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ, ਅੱਜ ਬਹੁਤ ਸਾਰੀਆਂ ਧੀਆਂ ਜੰਮੀਆਂ ਹੋਣਗੀਆਂ, ਅੱਜ ਬਹੁਤ ਸਾਰੇ ਪੁੱਤ ਜੰਮੇ ਹੋਣਗੇ, ਬਸ ਇਹੀ ਦੁਆ ਕਰਿਓ, ਇੱਕ ਤਾਂ ਪੜ੍ਹਾ ਲਿਖਾ ਲਈਏ, ਇੱਕ ਸੰਸਕਾਰ ਦੇਈਏ ਉਹਨਾਂ ਨੂੰ ਕਿ ਉਹ ਆਪਣੇ ਵਿਰਸੇ ਨੂੰ, ਆਪਣੇ ਬੋਲੀ ਨੂੰ, ਆਪਣੇ ਕਲਚਰ ਨੂੰ ਯਾਦ ਰੱਖਣ। ਪਰਿਵਾਰ ਹੈ, ਪਰਿਵਾਰ ਹੈ ਅਰਵਿੰਦ ਜੀ। ਜਬ ਮੇਰੀ ਸ਼ਾਦੀ ਹੋਈ ਸੀ ਇਸੀ ਘਰ ਮੇ, ਤੋ ਜਬ 4 ਲਾਵਾਂ ਹੁੰਦੀਆਂ ਨੇ ਤਾਂ ਲੜਕੀ ਔਰ ਲੜਕੇ ਕੇ ਪਿਤਾ ਔਰ ਮਾਤਾ ਕੋ ਖੜੇ ਹੋਣਾ ਅਨਾਊਂਸ ਕੀਆ ਜਾਤਾ। ਤੋ ਮੇਰੇ ਪਿਤਾ ਜੀ ਨਹੀਂ ਹੈ, ਉਹ 2011 ਮੈਂ ਉਹ ਸਰਗਵਾਸ ਹੋ ਗਏ ਥੇ। ਤੋ ਮੰਮੀ ਹੈ, ਗੁਰਪ੍ਰੀਤ ਕੇ ਮੰਮੀ ਪਾਪਾ ਹੈ। ਤੋ ਮੇਰੇ ਪਾਪਾ ਕੇ ਤੌਰ ਪਰ, ਮੇਰੇ ਬਾਪ ਕੇ ਤੌਰ ਪਰ ਅਰਵਿੰਦ ਕੇਜਰੀਵਾਲ ਜੀ ਖੜੇ ਹੋਏ ਥੇ। ਹਮਾਰੇ ਯਹਾਂ ਕਲਚਰ ਹੈ, ਅਗਰ ਪਿਤਾ ਨਹੀਂ ਹੈ ਤੋ ਬੜਾ ਭਾਈ ਪਿਤਾ ਬਣ ਜਾਤਾ ਫਿਰ ਆਟੋਮੈਟਿਕਲੀ, ਕਿਉਂਕਿ ਉਹ ਬੜਾ ਹੋਤਾ ਹੈ, ਉਸਨੇ ਡਿਸੀਜਨ ਲੈਣਾ ਹੋਤਾ ਹੈ। ਕੱਲ੍ਹ ਉਹਨਾਂ ਨੇ ਵੀ ਵਧਾਈ ਦੀ ਹੈ
तो मैं उसको क्या कहूँ कि वो ताऊ बन गए या दादा बन गए, मुझे इसका मैं ये बोलने वास्ते बहुत छोटा बंदा ये तो लोग बहुत बड़े बहुत गुणी ज्ञानी बंदे पे ने सो धियाँ जिहड़ियां ने हर फील्ड के ऐसे घर के आने जो दसवीं चो टॉप कर दियाँ चार कुड़ियाँ, बारहवीं चो टॉप कर दियाँ पांच कुड़ियाँ, बीए चो टॉप कर दियाँ सो धियाँ तो पुत्तां दा मेरे ख्याल च हुण दे जमाने च तां कोई फर्क नहीं।